ਹੈ ਨੀ ਕੀ ਕਰਦੀ ਪਈ ਉਰਾਂ ਦੀ ਗੱਲ ਸੁਣੀ। ਹਾਂ ਕੀ ਹੈ ਜਲਦੀ ਬੋਲ, ਰੋਟੀ ਸੜ ਜਾਵੇਗੀ। ਓ ਮੈਂ ਤਾਂ ਆਂਦਾ ਪਿਆਇਆ, ਅੱਜ ਦੁੱਧ ਰਿੰਕੂ ਘਰੋਂ ਕਿੰਨਾ ਲਿਆਂਦਾ ਈ? ਹਾਂ ਅੱਜ ਕਿਲੋ ਤੇ ਕੱਲ ਅੱਧਾ ਕਿਲੋ ਲਿਆਂਦਾ ਆ। ਅੱਛਾ ਅੱਛਾ, ਇੱਕ ਮਹੀਨੇ ਦੇ ਹਿਸਾਬ ਨਾਲ ਹੋ ਗਏ ਪੈਸੇ 3300। ਓ ਨੋ, ਹੈ 3300 ਰੁਪਿਆ ਬਣ ਗਿਆ ਇੰਨਾ ਜ਼ਿਆਦਾ? ਹੋਰ ਨਹੀਂ ਤਾਂ, ਜ਼ਰੂਰੀ 1 ਕਿਲੋ ਲੈ ਕੇ ਆਣਾ ਹੁੰਦਾ, ਅੱਧਾ ਕਿਲੋ ਵਰਤ ਲਿਆ ਕਰ, ਨਾਲੇ ਉਹ ਤੇਰੇ ਵਿਹਲੜ ਨੂੰ ਆਖਦੇ ਕੋਈ ਕੰਮ ਲੱਗ ਜਾਵੇ, ਸਾਰਾ ਦਿਨ ਬੈਠਾ ਘਰੇ ਰੋਟੀਆਂ ਤੋੜਦਾ ਫਰੀ ਦੀਆਂ। ਕਿੰਨੇ ਮਾਰਾ ਮੇਰੇ ਪੁੱਤਰ ਨੂੰ, ਤੈਨੂੰ ਸ਼ਰਮ ਨੀ ਆਉਂਦੀ? ਬਾਲ ਨੇ ਘਰੇ ਪੈਰ ਰੱਖਾ ਕੋਨੀ, ਤੂੰ ਆਂਦਾ ਹੀ ਕੁੱਟਣ ਲੱਗ ਪਈ ਆ। ਤੈਨੂੰ ਕਿਸੇ ਗੱਲ ਦਾ ਪਤਾ ਹੈ? ਉਹ ਤਾਂ ਪਹਿਲੇ ਰੋਂਦਾ ਆਂਦਾ ਹੈ ਬਾਹਰੋਂ। ਪੁੱਤਰ ਤੂੰ ਦੱਸ ਮੈਨੂੰ ਕਿੰਨੇ ਮਾਰਾ ਹੈ ਤੈਨੂੰ, ਜੇ ਘਰੇ ਜਾ ਕੇ ਉਹਦੀਆਂ ਲੱਤਾਂ ਨਾ ਤੋੜ ਕੇ ਆਵਾਂ, ਮੈਨੂੰ ਵੀ ਬੀਬੀ ਨਸਵਾਰੋ ਦੀ ਨੋ ਨਾ ਆਖੀ। ਤੂੰ ਬਾਬਾ ਕਰਨ ਹਟ ਨੀ ਕਿ ਨਹੀਂ? ਚੁੱਪ ਕਰ, ਮੈਨੂੰ ਪੁੱਛਣ ਦੇ। ਤੂੰ ਸਾਹ ਲੈ ਕੇ ਦੱਸ ਤੈਨੂੰ ਮਾਰਾ ਕਿੰਨੇ ਹੈ? ਪਾਪਾ ਮੈਂ ਤਾਂ ਗਗੜਾ ਖੇਡਦਾ ਪਿਆ, ਗਗੜਾ ਪਿੱਛੇ ਕੁੱਟਾ ਸੀ ਮੈਨੂੰ ਜੰਟੇ ਦੇ ਮੁੰਡੇ ਨੇ। ਜਾ ਓਏ, ਤੂੰ ਉਸ ਜਵਾਕ ਕੋਲੋਂ ਖਿੱਚ ਕੇ ਆ ਗਈ। ਪਾਪਾ ਜਵਾਕ ਕੋਨੀ, 16 ਸਾਲਾਂ ਦੇਗਾ, ਜਵਾਕ ਤਾਂ ਮੈਂ ਹੈਗਾ ਨਿੱਕਾ ਜਿਹਾ, ਆਈ ਬਸ 22 ਕੁ ਸਾਲਾਂ ਦਾ। ਤੂੰ ਆਪਦੇ ਪਿਓ ਦਾ ਨਾਂ ਕੋਨੀ ਲੈ ਆਈ? ਲਿਆ ਨਾਮ, ਉਹ ਕਹਿੰਦੇ ਅਸੀਂ ਨੀ ਡਰਦੇ ਤੇਰੇ ਪਿਓ ਤੂੰ। ਮੈਂ ਹੋਰ ਵੀ ਡਰਾਵਾ ਦਿੱਤਾ, ਮੈਂ ਕਿਹਾ ਮੇਰੇ ਡੈਡੀ ਦੀ ਪੁਲਿਸ ਜਾਣਕਾਰੀ ਹੈ, ਤੁਹਾਨੂੰ ਅੰਦਰ ਕਰਾ ਦੇ ਸੀ। ਅੱਗੂ ਪਤਾ ਕੀ ਕਹਿੰਦੇ? ਕਹਿੰਦੇ ਤੇਰਾ ਵਿਆਹ ਤਾਂ ਕਰਾਇਆ ਨੀ ਜਾਂਦਾ ਪਿਆ, ਸਾਨੂੰ ਕਿਤੇ ਅੰਦਰ ਕਰਾ ਦੇ ਸੀ। ਉਹਦੀ ਇੰਨੀ ਹਿੰਮਤ, ਵਿਆਹ ਵਾਲੀ ਗੱਲ ਆ ਗਈ ਆ, ਹੁਣ ਤਾਂ ਤੇਰਾ ਵਿਆਹ ਕਰਕੇ ਸਾਹ ਲਵਾਂਗਾ। ਵਿਆਹ ਨੀ ਹੁੰਦਾ, ਇਹ ਕਿੱਡੀ ਕੋ ਗੱਲ ਹੈ, ਤੈਨੂੰ ਅਸੀਂ ਹੁਣੇ ਨਾ ਧੜਕ ਦਈਏ। ਹੋਰ ਨਹੀਂ ਤਾਂ, ਵੇਖ ਹੁਣ ਆਪਦੇ ਪਿਓ ਦਾ ਦਿਮਾਗ। ਇੱਕ ਮਿੰਟ, ਦਾਲ ਵਿੱਚ ਕੁਛ ਤਾਂ ਕਾਲਾ ਹੈ, ਗੱਲ ਗਗੜਾ ਤੋਂ ਚੱਲੀ ਤੇ ਪੁਲਿਸ ਤੇ ਵਿਆਹ ਤਾਂ ਕਿਵੇਂ ਪਹੁੰਚ ਗਈ? ਨਹੀਂ ਮੇਰਾ ਪੁੱਤਰ, ਤੈਨੂੰ ਢੋਲ ਵੀ ਕਦੇ ਜਿੱਲੇ ਕਿਲੇ ਵਜਾ ਛੱਡਣਾ ਈ। ਤੂੰ ਚੁੱਪ ਕਰ ਜਾ, ਤੈਨੂੰ ਕੋਨੀ ਪਤਾ ਇਹਦੀ ਚਲਾਕੀ ਦਾ। ਉੱਲੂ ਦੇ ਮੂੰਹ ਵਾਲਿਆ, ਤੂੰ ਸਿੱਧਾ ਮੇਰੇ ਵਿਆਹ ਕਰ ਦੋ, ਗੱਲ ਨੂੰ ਗਵਾਉਣ ਦਾ ਕੀ ਫਾਇਦਾ? ਤੂੰ ਜਿੰਨਾ ਚਲਾਕ ਬਣਨੇ ਨਾ, ਉਸ ਤੋਂ ਮੈਂ 100 ਗੁਣਾ ਕੁੱਤੇ ਦਾ ਵੱਡਾ ਆ। ਨਹੀਂ ਕੀ ਚਲਾਕ ਈ, ਤੂੰ ਸਹੀ ਤਾਂ ਹੁੰਦਾ ਪਈ ਆ, 22 ਸਾਲ ਦਾ ਹੋ ਗਿਆ, ਹੁਣ ਉਹਨੂੰ ਹੋਰ ਕਵਾਰਾ ਰੱਖ ਕੇ ਫੱਟੇ ਗੜਵਾਣੇ ਈ ਉਹਦੇ। ਹੋਰ ਨਹੀਂ ਤਾਂ, ਤੇਰੀ ਜ਼ੁਬਾਨ ਬੜੀ ਚਪੜ ਚਪੜ ਕਰਦੀ ਪਈ ਆ, ਮੈਂ ਇਹਦਾ ਵਿਆਹ ਕਿਹੜੇ ਮੂੰਹ ਨਾਲ ਕਰਾਂ? ਆ ਜਿਹੜਾ ਤੇਰੀ ਧੋਣ ਉੱਤੇ ਲੱਗਾ ਪਿਆ ਇਸ ਮੂੰਹ ਨਾਲ। ਮੇਰਾ ਮਤਲਬ ਹੈ, ਇਹ ਕੋਈ ਕੰਮ ਧੰਦਾ ਤਾਂ ਕਰਦਾ ਨੀ, ਐਵੇਂ ਵਿਆਹ ਕਿਵੇਂ ਕਰ ਦਈਏ? ਗੱਲ ਸੁਣ, ਅੱਜ ਨੀ ਤਾਂ ਕੱਲ ਆਪਾਂ ਨੂੰ ਇਹਦਾ ਵਿਆਹ ਕਰਨਾ ਹੀ ਪੈਣਾ ਹੈ, ਇਸ ਨਾਲ ਚੰਗਾ ਹੁਣ ਹੀ ਕਰ ਦਈਏ। ਮੇਰੇ ਵੀ ਸੁਪਨੇ ਹਨ, ਮਹਿੰਗਾ ਜਿਹਾ ਫਰਸ਼ ਮੋਢੇ ਤੇ ਟੰਗਾ ਹੋਵੇ, ਫਲੋਰ ਚੱਲੇ ਹੋਣ, ਕਦੀ ਇਹ ਉੜਦੀ ਫਿਰਾਂ ਤੇ ਕਦੀ ਇਹ ਉੜਦੀ ਫਿਰਾਂ। ਹਾਂ ਹਾਂ ਕਰ ਦਿੰਦੇ ਹਾਂ ਵਿਆਹ, ਰੋ ਨਾ ਜਿੰਨਾ। ਇੱਕ ਗੱਲ ਤਾਂ ਮੈਂ ਪੁੱਛਣੀ ਭੁੱਲ ਹੀ ਗਿਆ, ਜਿਹੜੇ ਹਰੇਕ ਪਿਓ ਨੂੰ ਪੁੱਛਣੀ ਚਾਹੀਦੀ ਹੈ, ਆਪ ਦੇ ਪੁੱਤਰ ਦਾ ਵਿਆਹ ਕਰਨ ਤੋਂ ਪਹਿਲਾਂ। ਪਾਪਾ ਕਿ
ਵਾਲੀ ਗੱਲ ਆਈ ਸਾਨੂੰ ਕੁੜੀ ਤੇਰੇ ਵਾਸਤੇ ਲੱਭਣੀ ਪਈ ਸੀ ਕਿ ਤੂੰ ਪਹਿਲਾਂ ਹੀ ਭਾਲੀ ਬੈਠਾ ਈ ਸੰਗ ਨਾ ਹੁਣ ਤਾਂ ਮੌਕਾ ਹੀ ਦੱਸ ਦੇ ਹਾਂ ਹਾਂ ਸਹੀ ਹੈ ਦੱਸ ਦੇ ਚੱਲ ਛੱਡ ਆਪ ਦਬੇਲੀ ਸਮਝ ਕੇ ਮੈਨੂੰ ਦੱਸ ਦੇ ਓ ਨੋ ਹਾਂ ਬਾਪਾ ਲੱਭ ਰੱਖੀ ਹੈ ਅੱਛਾ ਅੱਛਾ ਲੈ ਬਈ ਤੇਰੇ ਮੁੰਡੇ ਨੇ ਪਹਿਲਾਂ ਹੀ ਲੱਭ ਰੱਖੀ ਹੈ ਹੋਰ ਨਹੀਂ ਤਾਂ ਆਖਿਰ ਮੁੰਡਾ ਕਿਹਦਾ ਹੈ ਸ਼ਾਬਾਸ਼ ਹੈ ਪੁੱਤਰ ਉਹ ਵੇਖੇ ਬੇਲੀ ਆ ਗਿਆ ਨਹੀਂ ਤੈਨੂੰ ਸ਼ਰਮ ਨਹੀਂ ਆਉਂਦੀ ਬੜਾ ਖੁਸ਼ ਹੋ ਕੇ ਦੱਸਦਾ ਪੀ ਆਦੇ ਪਿਓ ਨੂੰ ਮੈਂ ਤਾਂ ਲੱਭ ਰੱਖੀ ਹੈ ਮੰਮੀ ਪਾਪੇ ਨੇ ਆਪੇ ਤਾਂ ਪੁੱਛਿਆ ਸੀ ਤੈਨੂੰ ਕੋਈ ਗੱਲ ਦੱਸੇ ਤਾਂ ਦਿੱਕਤ ਨਾ ਦੱਸੇ ਤਾਂ ਦਿੱਕਤ ਨਾਲੇ ਅੱਜ ਕੱਲ ਤਾਂ ਮਨਪਸੰਦ ਦਾ ਰਿਵਾਜ ਹੋਇਆ ਪਈ ਹੈ ਦੱਸ ਕੁੜੀ ਹੈ ਕਿਹੜੇ ਪਿੰਡ ਦੀ ਪਾਪਾ ਓ ਨਰਵਾਣੇ ਪਿੰਡ ਦੀ ਅੱਛਾ ਅੱਛਾ ਹੈ ਮਤਲਬ ਇਸ ਪਿੰਡ ਦੀ ਹੈ ਵਾਹ ਬਈ ਵਾਹ ਜ਼ਿੰਦਗੀ ਵਿੱਚ ਕੋਈ ਤਾਂ ਕੰਮ ਢੰਗ ਦਾ ਕਰ ਲੈਂਦਾ ਕਮ ਸੇ ਕਮ ਛੋੜ ਤਾਂ ਪਾਸੂ ਦੀ ਪਿੰਡ ਦੀ ਭਾਲ ਲੈਂਦਾ ਫਿਰ ਕੀ ਆ ਪਾਪਾ ਤੂੰ ਕਿਹੜਾ ਮੰਮੀ ਨੂੰ ਕਨੇਡੇ ਤੋਂ ਲੈ ਕੇ ਆਇਆ ਆ ਦੋ ਘਰ ਛੱਡ ਕੇ ਮੇਰੇ ਨਾਨਕੇ ਆ ਜਾਂਦੇ ਨੇ ਤਾਂ ਹੀ ਤਾਂ ਤੈਨੂੰ ਆਂਦਾ ਪੀਆ ਕੋਈ ਫਾਇਦਾ ਕੋਨੀ ਜਦੋਂ ਵੀ ਕੰਮ ਤੂੰ ਘਰੇ ਆਵੇਗਾ ਘਰ ਤੈਨੂੰ ਕੱਲਾ ਹੀ ਲੱਭੇਗਾ ਨਹੀਂ ਤੂੰ ਹਰ ਵਾਰੀ ਘੁੰਮ ਫਿਰ ਕੇ ਗੱਲ ਮੇਰੇ ਪੇਕਿਆਂ ਵਿੱਚ ਕਿਉਂ ਲੈ ਜਾਂਦਾ ਹੀ ਹੋਰ ਮੈਂ ਕੀ ਕਰਾਂ ਪੁੱਤਰ ਤੂੰ ਹੀ ਦੱਸ ਤੂੰ ਸਵੇਰੇ ਘਰੋਂ ਨਿਕਲਣਾ ਹੀ ਤੇ ਘਰੇ 7 ਗੇੜੇ ਲਾਣੇ ਵਾਪਸ ਤੇਰੀ ਮੰਮੀ ਘਰੇ ਹੁੰਦੀ ਹੈ ਨਾ ਸਾਰਾ ਸਾਰਾ ਦਿਨ ਉਸ ਘਰੇ ਵੜਾ ਰਹਿਣਾ ਦੱਸ ਸਹੀ ਹੈ ਕਿ ਗਲਤ ਨਹੀਂ ਇਹ ਤਾਂ ਪਾਪਾ ਗਲਤ ਹੀ ਹੈ ਨਹੀਂ ਸਹੀ ਹੈ ਜੇ ਤੈਨੂੰ ਇੰਨੀ ਮੇਰੇ ਮਾਂ ਪਿਓ ਤੋਂ ਨਫ਼ਰਤ ਹੈ ਫਿਰ ਨਾ ਕਰਦਾ ਮੇਰੇ ਨਾਲ ਵਿਆਹ ਮੈਂ ਤਾਂ ਵਿਆਹ ਕਰੂ ਕੋ ਨਹੀਂ ਆਇਆ ਤੇਰੇ ਨਾਲ ਉਹ ਤਾਂ ਮੈਨੂੰ ਤੂੰ ਹੀ ਆਖਾਂ ਹੀ ਜੇ ਮੇਰੇ ਨਾਲ ਵਿਆਹ ਨਾ ਕੀਤਾ ਤਾਂ ਮੈਂ ਕੇਸ ਤੋਂ ਦੇਸਾਂ ਮੈਂ ਤਾਂ ਕੱਲਾ ਸੈਟਿੰਗ ਕਰਨ ਵਾਸਤੇ ਪ੍ਰਪੋਜ਼ ਕੀਤਾ ਆ ਮੈਂ ਗੱਲ ਪੈ ਗਈ ਆ ਉਹ ਵੀ ਦਿਨ ਯਾਦ ਕਰ ਜਦੋਂ ਮੇਰੇ ਵਾਸਤੇ ਰੋਜ਼ ਬਰਫੀ ਦਾ ਡੱਬਾ ਲੈ ਕੇ ਆਂਦਾ ਆ ਤੇ ਆਪਦੇ ਹੱਥਾਂ ਨਾਲ ਖਵਾਉਂਦਾ ਆ ਤੇ ਆਂਦਾ ਆ ਜੇ ਮੈਨੂੰ ਛੱਡ ਦਿੱਤਾ ਤੇ ਮੈਨੂੰ ਮਾਰ ਜਾਸਾ ਮੈਂ ਤਾਂ ਲੰਮੇ ਲੰਮੇ ਗੱਪ ਗਰਕਾਉਂਦਾ ਆ ਪੁੱਤਰ ਤੂੰ ਹੀ ਦੱਸ ਜੇ ਹੁਣ ਜੀ ਤੇਰੀ ਮਾਂ ਦੀ ਸ਼ਕਲ ਹੈ ਤੈਨੂੰ ਲੱਗਦਾ ਹੈ ਇਹਦੇ ਪਿੱਛੇ ਆਪਦੀ ਕੋਈ ਕੀਮਤੀ ਜਾਨ ਦੇਵੇਗਾ ਅੱਛਾ ਹੁਣ ਮਹਿੰਦੀ ਬੁਰੀ ਹੋ ਗਈ ਓਲੇ ਸਾਂ ਬਾਪ ਦਾ ਘਰ ਮੈਂ ਜਾਨੀ ਆ ਉਹਦੇ ਪੇਕੇ ਉਹ ਮੰਮੀ ਗੱਲ ਤਾਂ ਸੁਣ ਲੈ ਹੁਣ ਦੱਸ ਪਿੰਡ ਦੀ ਕੁੜੀ ਨਾਲ ਵਿਆਹ ਕਰਨਾ ਹੈ ਕਿ ਹੋਰ ਲੱਭਾਂ ਕੋਈ ਉਹ ਬਾਪਾ ਮੈਂ ਤਾਂ ਵਿਆਹ ਕਰਵਾਉਂਦਾ ਹੀ ਨਹੀਂ ਆ ਤੁਹਾਡਾ ਰੰਡੀ ਰੋਣਾ ਵੇਖ ਕੇ ਮੈਂ ਤਾਂ ਰੱਜ ਗਿਆ ਮੈਂ ਤਾਂ ਆਪ ਇਹਨੂੰ ਬਲੌਕ 'ਚ ਤੱਕਣਾ